ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਝੋਨੇ ਦੀ ਫਸਲ ਤੇ ਹੋ ਰਹੇ ਰਸਮੀ ਬਿਮਾਰੀ ਦੇ ਹਮਲੇ ਨੇ ਕਿਸਾਨਾਂ ਦੇ ਸਾਹ ਸੋ ਦਿੱਤੇ ਨੇ। ਅਜਿਹੀ ਬਿਮਾਰੀ ਕਿਸਾਨਾਂ ਨੇ ਪਹਿਲਾਂ ਕਦੇ ਨਹੀਂ ਵੇਖੀ ਅਤੇ ਨਾ ਹੀ ਕਿਸਾਨਾਂ ਨੂੰ ਇਹ ਸਮਝ ਆ ਰਿਹਾ ਹੈ ਕਿ ਆਖਿਰ ਇਸ ਦਾ ਇਲਾਜ ਹੈ ਕੀ। ਇਸ ਅਜੀਬੋ ਗਰੀਬ ਬਿਮਾਰੀ ਦੇ ਝੋਨੇ ਤੇ ਹੋਏ ਹਮਲੇ ਕਾਰਨ ਝੋਨੇ ਦੇ ਬੂਟੇ ਨਹੀਂ ਵਧ ਰਹੇ, ਬੂਟੇ ਬੌਣੇ ਹੀ ਰਹਿ ਗਏ ਨੇ ਅਤੇ ਫਸਲ ਖਰਾਬ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦਾ ਝਾੜ ਕੱਟਣ ਦਾ ਡਰ ਸਤਾ ਰਿਹਾ ਹੈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਦੇ ਖੇਤੀਬਾੜੀ ਅਧਿਕਾਰੀ ਦਾ ਕਹਿਣਾ ਹੈ ਕਿ ਬਿਮਾਰੀ ਦਾ ਇਲਾਜ ਲੱਭਿਆ ਜਾ ਰਿਹਾ ਹੈ, ਜਿਸ ਲਈ ਖਰਾਬ ਹੋ ਰਹੀ ਫਸਲ ਦੇ ਬੂਟੇ ਜਾਂਚ ਲਈ ਹੈਦਰਾਬਾਦ ਖੇਤੀਬਾੜੀ ਯੂਨੀਵਰਸਿਟੀ ਭੇਜੇ ਗਏ ਨੇ। ਜਿਵੇਂ ਹੀ ਕੋਈ ਨਤੀਜਾ ਨਿਕਲੇਗਾ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਬਿਮਾਰੀ ਆ ਗਈ ਹੈ ਕਿ ਝਾੜ ਇੱਕ ਛੋਟਾ ਇੱਕ ਬੜਾ ਹੈ, ਅਤੇ ਪਤਾ ਨਹੀਂ ਕਿਆ ਪਤਾ ਲੱਗਦਾ ਬੀਜ ਫਰਕ ਹੈ ਜਾਂ ਫਿਰ ਮੌਸਮ 'ਚ ਫਰਕ ਹੈ। ਤਾਂ ਇਸ ਵਾਰ ਜੋ ਜਿੱਥੇ ਮੰਨ ਲਓ 25-30 ਕੁਇੰਟਲ ਹੁੰਦੀ, ਉੱਥੇ ਕਿ 15 ਜਾਂ 16 ਕੁਇੰਟਲ ਬੜੇ ਯੋਗ ਹੋਣੀ ਹੈ। ਸਹਿਯੋਗ ਤਾਂ ਸਰ ਕੋਈ ਨਹੀਂ ਕੀਤਾ, ਉੱਚੇ ਨੀਵੇਂ ਹੋ ਗਏ ਇਹ ਸਾਰੇ, ਛੋਟੇ ਬੜੇ ਹੋ ਗਏ, ਕੋਈ ਝਾੜ ਬੜਾ ਹੋ ਗਿਆ, ਕੋਈ ਛੋਟਾ ਰਹਿ ਗਿਆ ਜੀ। ਸਾਡਾ 25-30 ਕੁਇੰਟਲ ਨਿਕਲਦਾ ਤਾਂ ਜੀ, ਐਸ ਕਿ ਮੇਰੇ ਨਹੀਂ ਖਿਆਲ ਵੀ 15 ਕੁਇੰਟਲ ਵੀ ਨਿਕਲੂਗਾ ਜੀ। ਮੰਗ ਕਿਆ ਕਰਦੇ ਵੀ ਜ਼ਿਮੀਂਦਾਰ ਦੀ ਹੈਲਪ ਕੀਤੀ ਜਾਵੇ ਜੀ। ਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਜੀ ਭਈ, ਇੱਕ ਤਾਂ ਜਿਹੜੇ ਬੀਜ ਹੈ ਜਾਂ ਦਵਾਈਆਂ ਹੈ ਉਹ ਵਧੀਆ ਕੁਆਲਿਟੀ ਦੀਆਂ ਦਿੱਤੀਆਂ ਜਾਣ, ਤਾਂ ਜੋ ਜ਼ਿਮੀਂਦਾਰ ਨੂੰ ਫਾਇਦਾ ਹੋ ਸਕੇ। ਇਹ ਜਿਹੜੀ ਦਵਾਈਆਂ ਉਹ ਵੀ ਅਸਰ ਨਹੀਂ ਕਰਦੀਆਂ, ਬੜੀਆਂ ਮਹਿੰਗੀਆਂ ਦਵਾਈਆਂ ਹੈ, ਉਹ ਦਵਾਈਆਂ ਕਰੀ ਜਾਓ ਸਪਰੇਅ, ਕੋਈ ਅਸਰ ਨਹੀਂ ਸਾਨੂੰ ਦੇਖਣ ਨੂੰ ਮਿਲਦਾ। ਉਹਦੇ ਵਿੱਚ ਡੁਪਲੀਕੇਟ ਮਾਲ ਆ ਰਿਹਾ ਜੀ ਸਾਰਾ। ਜਿਹੜਾ ਸਰਵੇ ਚੱਲ ਰਿਹਾ ਅਨੰਦਪੁਰ ਬਲਾਕ ਦਾ, ਅਤੇ ਉਹਦੇ ਵਿੱਚ ਇਹ ਹੈ ਕਿ ਇਹਦੇ ਜਿਹੜੇ ਸੈਂਪਲ ਆ ਨਾ, ਇਹਦੇ ਸੈਂਪਲ ਹੈਦਰਾਬਾਦ ਵੀ ਜਾ ਚੁੱਕੀ ਹੈ, PAU ਵੱਲੋਂ ਵੀ ਇਹਦੇ ਸਾਰਾ ਕਿ ਇਹ ਬੂਟੇ ਨਾ ਮਧਰੇ ਰਹਿ ਜਾਂਦੇ ਆ, ਇਹਦੇ ਵਿੱਚ ਕੁਝ ਬੂਟੇ ਲੰਮੇ ਹੋ ਜਾਂਦੇ, ਕੁਝ ਛੋਟੇ ਰਹਿ ਜਾਂਦੇ ਆ, ਅਤੇ ਝੋਨਾ ਪੂਰੀ ਤਰ੍ਹਾਂ ਗਰੋਥ ਨਹੀਂ ਕਰਦਾ। ਉਹਦੇ ਵਿੱਚ ਇਹੋ ਹੀ ਹੈ ਕਿ ਅਜੇ ਸਾਨੂੰ ਯੂਨੀਵਰਸਿਟੀ ਵੱਲੋਂ ਰਿਕਮੈਂਡੇਸ਼ਨ ਕੋਈ ਨਹੀਂ ਆਈ, ਆਪਾਂ ਆਪਣੇ ਤੌਰ 'ਤੇ ਫੰਗੀਸਾਈਡ ਨਿਊਟ੍ਰੀਐਂਟ ਪਵਾ ਰਹੇ ਹਾਂ। ਜਦੋਂ ਸਾਨੂੰ ਸਰਕਾਰ ਵੱਲੋਂ ਯੂਨੀਵਰਸਿਟੀ ਵੱਲੋਂ ਸੈਂਪਲ ਜਿਹੜੇ ਹੈਦਰਾਬਾਦ ਗਏ ਉਹਨਾਂ ਵੱਲੋਂ ਪਤਾ ਲੱਗ ਜੂਗਾ ਕਿ ਇਹ ਕੀ ਬਿਮਾਰੀ ਹੈ। ਅਤੇ ਸਿਰਫ ਅੱਜ ਤਾਂ ਇਹੋ ਹੀ ਹੈ ਕਿ ਇਹ ਕ੍ਰਾਸ ਓਵਰ ਆਈ ਆ, ਫੰਗੀਸਾਈਡ ਆ ਜਾਂ ਕੋ ਵਾਇਰਸ ਆ, ਕਿਉਂਕਿ ਅਜੇ ਆਪਾਂ ਕੁਛ ਨਹੀਂ ਕਹਿ ਸਕਦੇ ਨਾ।